हाँ जी, सत श्री अकाल जी सारिया नूं। पंजाबी ब्लॉग विद टवाणा फैमिली चैनल दे तुहाडा स्वागत है जी। उम्मीद है तुसीं आपो अपने घरां दे विच सारे ठीक ठाक होवोंगे ते असीं भी वाहिगुरू दी कृपा नाल ठीक हाँ जी। ते अज आपां वीडियो लैके आए क्लॉथ वाशिंग दी, जिहड़ा मैं हत्थां नाल जिहड़े कपड़े ने धोऊंगी जी, तुहाडे नाल वीडियो शेयर करूंगी। हाँ जी, जे तुसीं चैनल ते पहली बार आए हो तां चैनल नूं सबसक्राइब जरूर कर लिओ जी ते बैल आइकन नूं भी प्रेस कर लिओ तां कि मेरियां जिहड़ियां आउण वालियां वीडियोज़ ने वो तुहाडे कोल पहला पहुँच सकन। ते इत्थे मैं गर्म पानी कोसा जिहा पानी पाया ते सर्फ पाया जी, ते नाल मैं कपड़े डोब रही हां इहनां नूं सर्फ दे विच। कपड़े डोब के फिर मैं सर्फ च ही धोनी हुंदी आ। साबण तां मैं घट ही यूज़ करदी हां क्योंकि कपड़े इन्ने ज़्यादा मैले नहीं हुंदे। ਅਤੇ ਦੋ ਦਿਨ ਹੋ ਗਏ ਮੈਂ ਤਾਂ ਧੋਤੇ ਵੀ ਨਹੀਂ ਗਏ, ਉੱਧਰ ਚਾਚਾਈ ਦੇ ਭੋਗ ਕਰਕੇ ਸਾਨੂੰ ਉੱਧਰ ਜਾਣਾ ਪੈਂਦਾ ਸੀਗਾ ਜਿਸ ਕਰਕੇ ਕੱਪੜੇ ਜ਼ਿਆਦਾ ਹੋ ਗਏ। ਅਤੇ ਹੁਣ ਮੈਂ ਇਹਨਾਂ ਸਾਰੇ ਕੱਪੜਿਆਂ ਨੂੰ ਪਾਣੀ ਦੇ ਵਿੱਚ ਭਿਉਂ ਲੂੰਗੀ, ਗਰਮ ਕੋਸੇ ਜਿਹੇ ਪਾਣੀ ਦੇ ਵਿੱਚ ਸਰਫ ਪਾ ਕੇ ਡੋਬ ਰਹੀ ਹੈਗੀ। ਵਿੱਚ ਚਿੱਟੇ ਪਰਨੇ ਨੇ ਗੇ, ਚਿੱਟੇ ਕੱਪੜੇ ਨੇ, ਅਤੇ ਸਾਰੇ ਕੱਪੜੇ ਮੇਰੇ ਇਹੋ ਜਿਹੇ ਨੇ ਜਿਨ੍ਹਾਂ ਦਾ ਰੰਗ ਨਹੀਂ ਨਿਕਲਦਾ ਜੀ, ਤਾਂ ਕਰਕੇ ਮੈਂ ਸਾਰੇ ਇਕੱਠੀ ਭਿਉਂ ਲੂੰਗੀ। ਅਤੇ ਹਾਂਜੀ, ਤੁਸੀਂ ਜੇ ਵੀਡੀਓ ਨੂੰ ਲਾਈਕ, ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਜੀ, ਅਤੇ ਕਮੈਂਟ ਕਰਕੇ ਦੱਸਿਆ ਵੀ ਕਰੋ। ਅਤੇ ਤੁਹਾਨੂੰ ਕਿਹੋ ਜਿਹੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਮੈਂ ਉਹ ਤੁਹਾਡੇ ਲਈ ਵੀਡੀਓ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੂੰਗੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੁਕਿੰਗ ਦੀਆਂ ਜਾਂ ਵੀ ਬਲੌਗ ਕੰਮ ਵਾਲੇ ਜਿਹੜੇ ਤੁਹਾਨੂੰ ਜ਼ਿਆਦਾ ਪਸੰਦ ਆਉਂਦੇ ਨੇ, ਮੈਂ ਉਹ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਅਤੇ ਮੈਂ ਤਾਂ ਕਰਕੇ ਵੀ ਸਵੇਰੇ ਸਵੇਰੇ ਪਹਿਲਾਂ ਕੱਪੜੇ ਹੀ ਧੋ ਲੈਂਦੀ ਹਾਂ। ਅਤੇ ਇੱਥੇ ਮੈਂ ਕੱਪੜੇ ਪਹਿਲਾਂ ਫਰਸ਼ ਦੇ ਉੱਪਰ ਥੋੜ੍ਹਾ ਜਿਹਾ ਬ੍ਰੱਸ਼ ਮਾਰ ਕੇ ਸਾਫ਼ ਕਰਦੀ ਹਾਂ ਕਿਉਂਕਿ ਆਪਾਂ ਭਾਂਡੇ ਵੀ ਇੱਥੇ ਸਾਫ਼ ਕਰਦੇ ਹਾਂ, ਤਾਂ ਕਰਕੇ ਥੋੜ੍ਹਾ ਮੋਟਾ ਕਾਲਾ ਵੀ ਹੋ ਜਾਂਦਾ ਕਿਉਂਕਿ ਹਜੇ ਸੁਬਹਾ ਸੁਬਹਾ ਮੈਂ ਇੰਨੇ ਫਰਸ਼ ਧੋਤੇ ਨਹੀਂ ਸੀਗੇ, ਤਾਂ ਕਰਕੇ ਮੈਂ ਬ੍ਰੱਸ਼ ਮਾਰ ਕੇ ਪਹਿਲਾਂ ਨੀਚੋਂ ਫਰਸ਼ ਨੂੰ ਸਾਫ਼ ਕੀਤਾ। ਹੁਣ ਮੈਂ ਕੱਪੜੇ ਧੋਵਾਂਗੀ ਇੱਥੇ ਕਿਉਂਕਿ ਲੇਡੀਜ਼ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਨੇ, ਪਹਿਲਾਂ ਕੱਪੜੇ ਰੋਜ਼ ਦੇ ਹੁੰਦੇ ਨੇ, ਜੇ ਇੱਕ ਦਿਨ ਨਾ ਧੋਈਏ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਨੇਗੇ। ਅਤੇ ਹੋਰ ਸਾਰੇ ਕੰਮ ਨੇ, ਜੇ ਆਪਾਂ ਇੱਕ ਦਿਨ ਕਿਧਰੇ ਚਲੇ ਜਾਈਏ ਤਾਂ ਕੰਮ ਫੁੱਲ ਜਾਂਦੇ ਨੇਗੇ। ਅਤੇ ਦੋ ਦਿਨ ਹੋ ਗਏ ਸਾਨੂੰ ਟਾਈਮ ਨਹੀਂ ਲੱਗਿਆ। ਅਤੇ ਮੈਂ ਚਿੱਟੇ ਕੱਪੜਿਆਂ ਨੂੰ ਹੱਥਾਂ ਨਾਲ ਮਲ ਰਹੀ ਹਾਂ ਇੱਥੇ। ਪਰਨੇ, ਪੈਂਟਾਂ, ਪੱਗਾਂ ਬਹੁਤ ਜ਼ਿਆਦਾ ਹੋ ਜਾਂਦੇ ਨੇ ਕੱਪੜੇ ਜੀ, ਨਾਲੇ ਅਸੀਂ ਤਿੰਨ ਜਾਣੇ ਫੈਮਿਲੀ ਦੇ ਵਿੱਚ, ਫਿਰ ਵੀ ਦੋ ਦਿਨ ਧੋਤੇ ਨਹੀਂ ਗਏ ਤਾਂ ਕਰਕੇ ਜ਼ਿਆਦਾ ਹੋ ਗਏ। ਹਾਂਜੀ, ਮੈਂ ਕੱਪੜੇ ਧੋ ਰਹੀ ਹਾਂ, ਤੁਸੀਂ ਵੀਡੀਓ ਨੂੰ ਕਰੋ ਜੀ ਇੰਜੋਏ, ਅਤੇ ਨੈਚੁਰਲ ਜਿਹੜੀ ਕੱਪੜੇ ਧੋਣ ਦੀ ਆਵਾਜ਼ ਆ ਉਹ ਤੁਸੀਂ ਸੁਣੋ। ਮੈਂ ਕੱਪੜੇ ਧੋ ਰਹੀ ਹਾਂ, ਤੁਸੀਂ ਵੀਡੀਓ ਇੰਜੋਏ ਕਰੋ ਜੀ, ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਮਿਲਦੀ ਹਾਂ। ਹਾਂਜੀ, ਕੱਪੜੇ ਮੈਂ ਧੋ ਕੇ ਨਿਚੋੜ ਕੇ ਇੱਕ ਪਾਸੇ ਸਾਈਡ 'ਤੇ ਰੱਖ ਤੇ ਕਿਉਂਕਿ ਮੈਥੋਂ ਬਾਲਟੀ ਚੱਕ ਕੇ ਇੱਧਰੋਂ ਹਰਮਨ ਆਊ ਫਿਰ ਬਾਹਰ ਗਿਆ ਹੋਇਆ ਉਹ ਰੱਖੂਗਾ, ਅਤੇ ਇੱਥੇ ਮੈਨੇ ਥੋੜ੍ਹੇ ਚਿਰ 'ਚ ਮੈਂ ਚੱਲ ਭਾਂਡੇ ਸਾਫ਼ ਕਰ ਲੈਣੀ ਆ, ਰਾਤ ਵਾਲੇ ਵੀ ਨੇ, ਦੁੱਧ ਵਾਲੇ ਅਤੇ ਚਾਹ ਵਾਲੇ ਸੀਗੇ। Mm-hmm.
ਸਫਾਈ ਨਹੀਂ ਹੋਈ ਇੱਥੇ ਨਿਚੋੜਨ ਚੋੜ ਕੇ ਮੈਂ ਪਾ ਦੂੰਗੀ ਇਹਨਾਂ ਨੂੰ ਸਾਰਿਆਂ ਨੂੰ Thank you.